ਦਾ ਕੋਈ ਹੜ ਆਉਂਦਾ ਹੈ ਤਾਂ ਉਹ ਸੂਰਮਾ ਸਭ ਤੋਂ ਅੱਗੇ ਹੁੰਦਾ ਹੈ ਕਿਹੜਾ ਪਤਾ ਨਹੀਂ ਦੱਸਿਓ ਰਵੀ ਸਿੰਘ ਖਾਲਸਾ ਇਹ ਡਾਲੇ ਤੇ ਆ ਜੀ ਮੀਡੀਆ ਦਾ ਜੀ ਚੈਨਲ ਚੱਲ ਰਿਹਾ ਹੈ ਲਗਾਤਾਰ ਇਹ ਕਹਿੰਦੇ ਨੇ ਕਿ ਅੱਤਵਾਦੀ ਹੈ ਇਹ ਇੱਥੇ ਫੰਡਿੰਗ ਕਰਦਾ ਹੈ ਇਹ ਮਾਹੌਲ ਨੂੰ ਖਰਾਬ ਕਰ ਰਿਹਾ ਹੈ ਤਾਂ ਯੋਧਿਓ ਜਦੋਂ ਕਦੇ ਰਿਸਾ ਦੇ ਵਿੱਚ ਹੜ ਆਉਂਦੇ ਨੇ ਕਦੇ ਕੇਰਲਾ ਦੇ ਵਿੱਚ ਹੜ ਆਉਂਦੇ ਨੇ ਕਦੇ ਸੁਨਾਮੀ ਚੜ ਕੇ ਆਉਂਦੀ ਹੈ ਜਦੋਂ ਇਸ ਮੁਲਕ ਨੂੰ ਲੋੜ ਹੁੰਦੀ ਹੈ ਭੁੱਖਿਆਂ ਨੂੰ ਪਿਆਸਿਆਂ ਨੂੰ ਅੰਨ ਦੇਣ ਦੀ ਪਾਣੀ ਦੇਣ ਦੀ ਕੱਪੜੇ ਦੇਣ ਦੀ ਤਾਂ ਉਹੀ ਯੋਧਾ ਆ ਕੇ ਖੜਦਾ ਹੈ ਉਦੋਂ ਇਹਨਾਂ ਦੇ ਕੀ ਹੁੰਦਾ ਫਰਿਸ਼ਤਾ ਬਣ ਕੇ ਆਉਂਦਾ ਹੈ ਅੱਜ ਜੇ ਆਪਣੀ ਕੌਮ ਲਈ ਆਪਣੇ ਲੋਕਾਂ ਲਈ ਆ ਕੇ ਖੜਿਆ ਤਾਂ ਇਹਨਾਂ ਨੇ ਅੱਤਵਾਦੀ ਕਹਿਣਾ ਸ਼ੁਰੂ ਕਰਤਾ ਇਹ ਯਾਦ ਰੱਖਿਓ ਗੱਲ ਇਹ ਗੱਲਾਂ ਦਾ ਮੂੰਹ ਤੋੜ ਜਵਾਬ ਦਿਆ ਕਰੋ ਜਦੋਂ ਹੀ ਚੁੱਪ ਹੋ ਜਾਂਦੇ ਆ ਕਿ ਕੋਈ ਗੱਲ ਨਹੀਂ ਯਾਰ ਜਦੋਂ ਅਸੀਂ ਇਹਨਾਂ ਦੇ ਗੋਦੀ ਮੀਡੀਆ ਦਾ ਦਲਾਲ ਮੀਡੀਆ ਦਾ ਮੂੰਹ ਤੋੜ ਜਵਾਬ ਦੇਵਾਂਗੇ ਫੇਰ ਜਾ ਕੇ ਹੱਟਣਗੇ ਕਿਤੇ ਇਹ ਗੱਲ ਹੋਰ ਤੁਹਾਡੇ ਧਿਆਨ 'ਚ ਲਿਆ ਦੇਣਾ ਜੀ ਟੀਵੀ ਵਾਲਿਆਂ ਦੇ ਸਕੂਲ ਵੀ ਨੇ ਪੰਜਾਬ 'ਚ ਅਸੀਂ ਬਾਈਕਾਟ ਕਰਨ ਲੱਗੇ ਹੋਏ ਆ ਰਿਲਾਇੰਸ ਵਾਲਿਆਂ ਦਾ ਅਵਾਨੀਆਂ ਦਾ ਅਡਾਨੀਆਂ ਦਾ ਰਾਮਦੇਵ ਵਰਗੇ ਦੇ ਸਵਾਨਾਂ ਦਾ ਇਹਨਾਂ ਦੇ ਪੰਪਾਂ ਦਾ ਇਹਨਾਂ ਦੇ ਟਾਵਰਾਂ ਦਾ ਪਰ ਜੀ ਟੀਵੀ ਵਾਲੇ ਜਿਹੜੇ ਮਾਊਂਟਨ ਦਾ ਸਕੂਲ ਐਕਟ ਤਾਂ ਥੋੜੇ ਜਿਹਾ ਆਪ ਵੀ ਪੜ੍ਹਦੇ ਹੋਣੇ ਕਿਤੇ ਨਾ ਕਿਤੇ ਉੱਥੇ ਵੀ ਬਾਈਕਾਟ ਕਰੋ ਜਿਹੜਾ ਮੀਡੀਆ ਸਾਡੇ ਖਿਲਾਫ ਪ੍ਰਾਪੇਗੰਡਾ ਕਰ ਰਿਹਾ ਦੁਰਪ੍ਰਚਾਰ ਕਰ ਰਿਹਾ ਕੁੰਡੂ ਪ੍ਰਚਾਰ ਕਰ ਰਿਹਾ ਉਹਨਾਂ ਦੇ ਸਕੂਲ ਖੋਲ੍ਹੇ ਹੋਏ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਵੀ ਬਾਈਕਾਟ ਸਾਨੂੰ ਕਰਨਾ ਚਾਹੀਦਾ ਹੈ ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਫਿੱਟ ਕਰ ਲਿਓ ਕਿ ਜਿਹੜੀਆਂ ਹੁਣ ਪੰਜਾਬ ਦੇ ਵਿੱਚ ਵੱਡੇ ਵੱਡੇ ਹਾਈਵੇ ਨਿਕਲ ਰਹੇ ਆ ਨਾ ਦਿੱਲੀ ਤੋਂ ਕਟੜਾ ਤੇ ਅੰਮ੍ਰਿਤਸਰ ਸਾਹਿਬ ਤੋਂ ਜੈਪੁਰ ਜਿਹੜਾ ਅਜਮੇਰ ਸ਼ਰੀਫ ਜਾਂਦਾ ਹੈ ਰਾਜਸਥਾਨ ਨੂੰ ਜਾਂਦਾ ਹੈ 250-250 ਫੁੱਟ ਚੌੜੇ ਉਹ ਹਾਈਵੇ ਨੇ ਆਪਣੀਆਂ ਜ਼ਮੀਨਾਂ ਕਿਸੇ ਕੋਲ 5 ਕਿੱਲੇ ਆ ਕਿਸੇ ਕੋਲ 10 ਕਿੱਲੇ ਆ ਕਿਸੇ ਕੋਲ 2 ਕਿੱਲੇ ਆ ਜਿੱਥੋਂ ਕਿ ਉਹ ਲੰਘ ਗਿਆ ਨਾ ਤਾਂ ਟੋਟੇ ਜੀ ਟਾਕੀਆਂ ਬਣ ਕੇ ਰਹਿ ਜਾਂਦੀਆਂ ਜਿਹੜੇ ਟਾਕ ਆਪਾਂ ਕਹਿੰਦੇ ਆ ਇੱਕ ਤਾਂ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਇਹਨਾਂ ਸੜਕਾਂ ਦਾ ਇਹਨਾਂ ਹਾਈਵੇ ਦਾ ਭਵਾਨੀ ਗੜ ਦੇ ਵਿੱਚ 20-22 ਬੰਦੇ ਇਹਨਾਂ ਦੇ ਉਹਨਾਂ ਲੋਕਾਂ ਨੇ ਆਪਣਿਆਂ ਨੇ ਉੱਥੋਂ ਦੀ ਨਗਲਾ ਹਾਈਵੇ ਇਹ ਉਹਨਾਂ ਨੇ ਬੰਦੀ ਬਣਾ ਕੇ ਰੱਖਿਆ ਉਹਨਾਂ ਨੂੰ ਕਈ ਦਿਨ ਫੜ ਕੇ ਰੱਖੇ ਆ ਸੋ ਉੱਥੇ ਵੀ ਤਿਆਰ ਹੋ ਜਾਓ ਉਹ ਸੜਕਾਂ ਦਾ ਵਿਰੋਧ ਹਾਈਵੇ ਦਾ ਵਿਰੋਧ ਵੀ ਅਸੀਂ ਕਰਨਾ ਨਾਲੋ ਨਾਲ ਇੱਧਰ ਕਦੇ ਇਹ ਨਾ ਹੋਵੇ ਆਪਾਂ ਦਿੱਲੀ ਬੈਠੇ ਰਹਿਣਗੇ ਤੇ ਆਪਣੇ ਬਾਹਾਂ ਵਿੱਚ ਕੱਢ ਕੇ ਹਾਈਵੇ ਦੇ ਆਪਣੇ ਵੱਡੇ ਵੱਡੇ ਜਿਹੇ ਖੇਤ ਨੇ ਟੱਕ ਨੇ ਉਹਨੂੰ ਟਾਕੀਆਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਵੰਡ ਦੇਣ ਇਹ ਸੜਕਾਂ ਇਹ ਹਾਈਵੇ ਆਪਣੇ ਲਈ ਥੋੜੀ ਹੈ ਆਪਾਂ ਨੂੰ ਲੱਗਦਾ ਸੀ ਕਿ ਹਾਈਵੇ ਬਣ ਰਹੇ ਆ ਸਾਨੂੰ ਸਹੂਲਤਾਂ ਹੋਣਗੀਆਂ ਸਾਡੀ ਆਵਾਜਾਈ ਵਧੀਆ ਹੋ ਜੂਗੀ ਆ ਟੈਕਸ ਲਾ ਕੇ ਇਹਨਾਂ ਨੇ ਟੋਲ ਲਾ ਕੇ ਥਾਂ ਥਾਂ ਦੇ ਰੁਪਏ ਆਪਣੇ ਜੇਬਾਂ 'ਚ ਕੱਢਣੇ ਸ਼ੁਰੂ ਕਰਤੇ ਪਰ ਇੱਕ ਗੱਲ ਦਿਮਾਗ ਦੇ ਵਿੱਚ ਰੱਖਿਓ ਆਉਣ ਵਾਲੇ ਸਮੇਂ ਦੇ ਵਿੱਚ ਬਾਹਲੇ ਸੱਜਣ ਕਹਿ ਦਿੰਦੇ ਆ ਕਿ ਯਾਰ ਸਾਡੀ ਜ਼ਮੀਨ ਵੀ ਸੜਕ 'ਤੇ ਪਵਾ ਦਿਓ ਸਾਨੂੰ ਵੀ ਪੈਸੇ ਆ ਜਾਣਗੇ 9 ਲੱਖ ਰੁਪਇਆ ਦੇ ਰਹੇ ਆ ਤੇ ਸੜਕਾਂ ਦਾ ਜਿਹੜਾ ਰੇਟ ਰੱਖਿਆ 9 ਲੱਖ ਰੁਪਇਆ ਭਵਾਨੀ ਗੜ ਤੰਗੂ ਰੌਲਾ ਪਿਆ ਮੈਂ ਜੇ ਇੱਕੋ ਗੱਲ ਤੁਹਾਨੂੰ ਕਹਿਣਾ ਕਿ 3 ਬੰਦੇ ਦੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ 3 ਮਾਂ ਹੁੰਦੀਆਂ ਨੇ 3 ਪਹਿਲੀ ਮਾਂ ਹੁੰਦੀ ਹੈ ਜਿਹੜੀ ਬੰਦੇ ਨੂੰ ਇਨਸਾਨ ਨੂੰ ਜਨਮ ਦਿੰਦੀ ਹੈ ਜਗ ਦਿਖਾਉਂਦੀ ਆ ਸਤਿਕਾਰਯੋਗ ਮਾਂ ਹੁੰਦੀ ਹੈ ਹਰ ਬੰਦਾ ਦਾ ਮਾਣ ਸਤਿਕਾਰ ਕਰਦਾ ਆਪਣੀ ਮਾਂ ਦਾ ਦੂਜੀ ਮਾਂ ਹੁੰਦੀ ਹੈ ਸਾਡੀ ਬੋਲੀ ਜਿਹੜੀ ਸਾਡੀ ਦੁਨੀਆ ਦੇ ਵਿੱਚ ਪਹਿਚਾਣ ਬਣਾਉਂਦੀ ਹੈ ਉਹ ਮਾਂ ਬੋਲੀ ਪੰਜਾਬੀ ਉਹਦਾ ਵੀ ਖਿਆਲ ਰੱਖਿਆ ਕਰੋ ਤੇ ਤੀਜੀ ਮਾਂ ਹੁੰਦੀ ਹੈ ਧਰਤੀ ਮਾਂ ਉਹ ਮਾਂ ਜਿਹੜੀ ਸਾਨੂੰ ਸਦੀਆਂ ਤੋਂ ਲੈ ਕੇ ਸਾਡੇ ਪੁਰਖਿਆਂ ਤੋਂ ਲੈ ਕੇ ਵੱਡ ਵਡੇਰਿਆਂ ਤੱਕ ਪਾਲਦੀ ਪਰੋਸਦੀ ਆਈ ਰਹੀ ਸਾਨੂੰ ਅੰਨ ਵੀ ਦਿੰਦੀ ਰਹੀ ਸਾਨੂੰ ਹਵਾ ਪਾਣੀ ਵੀ ਲੋਈ ਦਿੰਦੀ ਹੈ ਜਦੋਂ ਅਖੀਰ ਦੇ ਉੱਤੇ ਬੰਦਾ ਜਾਂਦਾ ਤੇ ਉਹੀ ਧਰਤੀ ਦੇ ਵਿੱਚ ਹੀ ਸਮੇਟ ਜਾਂਦੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਚਾਹੇ ਤੁਹਾਨੂੰ 1 ਕਿੱਲੇ ਦਾ 1 ਏਕੜ ਦਾ 1 ਕਰੋੜ ਰੁਪਇਆ ਵੀ ਦੇਵੇ 2 ਕਰੋੜ ਰੁਪਇਆ ਵੀ ਦੇਵੇ ਅਸੀਂ ਜ਼ਮੀਨ ਕਿਸੇ ਵੀ ਕੀਮਤ ਤੇ ਨਹੀਂ ਦੇਣੀ ਇਹ ਗੱਲ ਲੜ ਬੰਨ ਲਓ ਬਾਹਰ ਬੈਠੇ ਮੈਂ ਇਹਨਾਂ ਦੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਦੇ ਸਾਰੇ ਸਾਰੇ ਪਰਿਵਾਰ ਟੱਬਰ ਬਾਹਰ ਬੈਠੇ ਆ ਉਹ ਬਾਹਰ ਹੁਣ ਇਸ ਸਕੀਮ 'ਚ ਬੈਠੇ ਆ ਵੀ ਜਦੋਂ ਕਿਤੇ ਕੋਈ ਮਾੜਾ ਮੋਟਾ ਰੇਟ ਵਧੂਗਾ ਅਸੀਂ ਆਪਣੀਆਂ ਜ਼ਮੀਨਾਂ ਵੇਚ ਦੇਣੀਆਂ ਭਰਾਵਾਂ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਜ਼ਮੀਨਾਂ ਨੂੰ ਆਪਣੇ ਕੋਲੇ ਸਾਂਭ ਕੇ ਰੱਖੋ ਤੁਸੀਂ ਸੌਖੀ ਰੋਟੀ ਖਾਂਦੇ ਹੋ ਵਧੀਆ ਗੁਜ਼ਾਰਾ ਹੁੰਦਾ ਤੁਹਾਡਾ ਪਰ ਆਪਣੀਆਂ ਜ਼ਮੀਨਾਂ ਨਾ ਵੇਚੋ ਇਹ ਵਾਰ ਵਾਰ ਮੈਂ ਕਿਉਂ ਗੱਲ ਕਹਿ ਰਿਹਾ ਤੁਸੀਂ ਇਸ ਗੱਲ ਤੇ ਗੌਰ ਕਰਿਓ ਆਉਣ ਵਾਲੇ 5-10 ਸਾਲਾਂ ਦੇ ਵਿੱਚ ਇੱਥੋਂ ਤੇਲ ਨੇ ਮੁੱਕ ਜਾਣਾ ਜਿਹਦੇ ਨਾਲ ਸਾਡੀ ਮਸ਼ੀਨਰੀ ਚੱਲਦੀ ਹੈ ਸਾਡੀਆਂ ਗੱਡੀਆਂ ਮੋਟਰਸਾਈਕਲ ਟਰੈਕਟਰ ਚੱਲਦੇ ਆ ਇਹ ਤੇਲ ਨੇ ਖਤਮ ਹੋ ਜਾਣਾ ਇਹ ਸਾਰਾ ਕੁਛ ਜਿਹੜਾ ਹੈਗਾ
ਸਾਡੀ ਮਸ਼ੀਨਰੀ ਹੈ ਜਿਹੜੀ ਇਲੈਕਟ੍ਰੋਨਿਕ ਹੋ ਜਾਣੀ ਹੈ, ਬੈਟਰੀਆਂ ਤੇ ਬਿਜਲੀਆਂ ਚੱਲਣ ਲੱਗ ਜਾਣੀਆਂ ਸਾਰੀ ਮਸ਼ੀਨਰੀ ਹੈ ਜਿਹੜੀ। ਤਾਂ ਉਸ ਤੋਂ ਬਾਅਦ ਕੀ ਹੋਣਾ? ਇਸ ਪੰਜਾਬ ਦੀ ਧਰਤੀ ਨੇ, ਇਸ ਹਰਿਆਣੇ ਦੀ ਧਰਤੀ ਨੇ ਇੱਕ ਕੇਂਦਰ ਬਣਨਾ, ਇੱਕ ਹੱਬ ਬਣਨਾ, ਇੱਕ ਧੁਰਾ ਬਣਨਾ, ਜਿਹਦੀ ਖਾਤਰ ਆਹ ਵੱਡੇ ਵੱਡੇ ਹਾਈਵੇ ਬਣ ਰਹੇ ਆ ਨਾ, ਵੱਡੇ ਵੱਡੇ ਸੈਲੋ ਗਦਾਮ ਖੁੱਲ ਰਹੇ ਨੇ ਹਾਈ ਜਿਹੜੇ ਆਪਣੇ ਸਰਹੱਦ ਦੇ ਨੇੜੇ। ਪਾਕਿਸਤਾਨ ਨੂੰ ਇਹ ਰਾਹ ਖੁੱਲਣਾ ਯਾਦ ਰੱਖਿਓ। ਪਾਕਿਸਤਾਨ ਤੋਂ ਅੱਗੇ ਕਜ਼ਾਕਿਸਤਾਨ, ਅਫਗਾਨਿਸਤਾਨ, ਇਰਾਨ, ਇਰਾਕ, ਅੱਗੇ ਅਰਬ ਮੁਲਕਾਂ ਦੇ ਵਿੱਚ, ਉਦੋਂ ਅੱਗੇ ਯੂਰਪ ਮੁਲਕਾਂ ਤੱਕ ਇੱਥੋਂ ਵਪਾਰ ਹੋਣਾ। ਉਦੋਂ ਯਾਦ ਰੱਖਿਓ ਤੁਹਾਡੀਆਂ ਜ਼ਮੀਨਾਂ ਦੇ ਮੁੱਲ ਕਿਵੇਂ ਪੈਣੇ ਆ। ਅੱਜ ਦੇ ਤਿੰਨੇ ਕਾਨੂੰਨ ਆਏ ਇਸੇ ਕਰਕੇ ਆਏ ਆ ਕਿ ਇਹਨਾਂ ਲੋਕਾਂ ਨੂੰ ਇਹਨਾਂ ਜ਼ਮੀਨਾਂ ਤੋਂ ਪਾਸੇ ਕਰ ਦਿੱਤਾ ਜਾਵੇ, ਇਹਨਾਂ ਤੋਂ ਮਾਲਕੀ ਖੋ ਕੇ ਇੱਥੇ ਲੱਖਾਂ ਏਕੜ ਦੇ ਫਾਰਮ ਬਣਾ ਕੇ ਉੱਥੇ ਫਿਰ ਔਰਗੈਨਿਕ ਖੇਤੀ ਕੀਤੀ ਜਾਵੇ। ਮੈਂ ਜੀ 21 ਤਰੀਕ ਤੋਂ ਬਾਅਦ 29 ਨੂੰ ਬੋਲਿਆ, 8 ਦਿਨ ਹੋ ਗਏ, 11 ਵਜੇ ਦਾ ਨਾਂ ਲਿਖਾਇਆ ਕਿ ਮਗਰ ਹੱਥ ਲਾਉਣੇ ਸ਼ੁਰੂ ਕਰ ਦਿੰਦੇ ਆ। ਜਵਾਬ ਦਿਓ, ਦੇਖੋ ਸਟੇਜ ਦੀ ਮਰਿਆਦਾ ਆ, ਤੁਸੀਂ ਸਵੇਰ ਦੇ ਬੁਲਾਰੇ ਸੁਣ ਰਹੇ ਆ ਵੀ ਜਿੰਨਾ ਜਿੰਨਾ ਸਮਾਂ ਕਿਸੇ ਨੂੰ ਮਿਲਿਆ ਇੱਕ ਇੱਕ ਅੱਧਾ ਅੱਧਾ ਮਿੰਟ ਕੋਈ ਵੱਧ ਘੱਟ ਲੈ ਸਕਦਾ ਹੈ, ਇਹ ਆਪਣੀ ਮਰਜ਼ੀ ਅਨੁਸਾਰ ਨਹੀਂ, ਸਟੇਜ ਦੀ ਮਰਿਆਦਾ ਹੈ, ਮਰਿਆਦਾ ਨੂੰ ਸਮਝਣਾ ਚਾਹੀਦਾ ਤੁਹਾਨੂੰ। ਮੋਦੀ ਸਰਕਾਰ ਮੁਰਦਾਬਾਦ, ਲੋਕਾਂ ਦਾ ਇਕਰ ਜਿੰਦਾਬਾਦ। ਮੈਂ ਤੁਹਾਨੂੰ ਮੈਂ ਬੋਲਣਾ ਨਹੀਂ ਚਾਹੁੰਦਾ ਸੀ, ਮੈਂ ਆਕੇ ਬੋਲਿਆ ਸਟੇਜ ਤੇ ਗੱਲ। ਇੱਕ ਮਿੰਟ ਬਾਬਾ ਜੀ, ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਇੱਕ ਮਿੰਟ ਬੋਲ ਲੈ ਦਿਓ। 21 ਤਰੀਕ ਤੋਂ ਬਾਅਦ ਮੈਂ ਅੱਜ ਭਾਈ ਨਾਂ ਲਿਖਾਇਆ ਕਿ 8-9 ਦਿਨਾਂ ਬਾਅਦ, 11 ਵਜੇ ਨਾਂ ਲਿਖਾਇਆ ਕਿ 4 ਵਜੇ ਟਾਈਮ ਦਿੰਦੇ ਉਹ ਵੀ ਉੱਥੇ ਜਾ ਕੇ ਮੈਂ ਬੋਲ ਕੇ, ਮੈਂ ਕਾਰਨ ਤਾਂ ਦੱਸ ਦਿਓ ਕੀ ਹੈ, ਬੁਲਾਉਂਦੇ ਕਿਉਂ ਨਹੀਂ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਇੱਥੇ 29-30 ਜਥੇ ਬਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਮੇਰੇ ਨਾਲ ਤਫਰੀ ਬਚਾ ਰਹੇ ਹੈ ਕਿ ਮੈਂ ਨਾ ਬੋਲਾਂ ਇੱਥੇ, ਉਹਨੂੰ ਫਿਰ ਪੰਜਾਬ ਦਾ ਘਾਟਾ, ਮੇਰਾ ਗੱਲ ਲੱਖਾ ਆ ਗਿਆ ਤੇ ਬੋਲ ਨਾ ਜਾਵੇ, ਇਹ ਫੈਸਲਾ ਕਰ ਲਓ। ਇਹ ਰੋਜ਼ ਰੋਜ਼ ਦੀਆਂ ਇਹੀ ਚਾਹ ਚੱਲੀ ਜਾਂਦਾ ਕੰਮ ਲੋਕਾਂ ਦੇ। ਮੈਂ ਬੋਲਣਾ ਨਹੀਂ ਚਾਹੁੰਦੇ, ਮੈਂ ਅੱਗੇ ਬੋਲਿਆ। 11 ਵਜੇ ਆਏ, 4 ਵੱਜ ਗਏ, 5 ਘੰਟੇ ਬਿਠਾ ਕੇ ਫਿਰ ਵੀ ਮਗਰ ਅਸੀਂ ਜਾ ਕੇ ਬੇਨਤੀ ਕੀਤੀ ਆ। ਮੈਂ ਨਹੀਂ ਚਾਹੁੰਦਾ ਕਿ ਸਾਡੀ ਦਫਾੜ ਹੋਵੇ, ਇਹ ਗੱਲ ਸਰਕਾਰਾਂ ਤੱਕ ਜਾਵੇ, ਇਹ ਰੋਜ਼ ਦਾ ਕੰਮ ਇਹੀ ਇਹਨਾਂ ਦਾ। ਮੇਰੀ ਕੋਈ ਨਾਰਾਜ਼ਗੀ ਨਹੀਂ, ਮੈਂ ਸੰਗਤ ਦੇ ਅੱਗੇ ਹੱਥ ਬੰਨਦਾ, ਇਹਨੂੰ ਇੱਕ ਨੂੰ ਜਿਹੜਾ ਤਸਰੀ ਪਵਾ ਕੇ ਸਟੇਜ ਤੇ ਜਵਾਬ ਦੇ ਦੇਣਾ ਵੀ ਮੇਰੇ ਨਾਲ ਸਮੱਸਿਆ ਕੀ ਆ, ਮੈਂ ਗਲਤ ਕੀ ਬੋਲਦਾ। ਸੋ ਮੈਂ ਮੇਰਾ ਬੱਚੇ ਪਕਾਉਂਦੇ ਹੁਣ ਆਪਾਂ 2 ਮਿੰਟ ਹੀ ਲੈਣੇ ਆ ਗੱਲ ਕਰ ਲੈਣ। ਮੈਂ ਗੱਲ ਕਰਦਾ ਸੀ ਜ਼ਮੀਨਾਂ ਨਾ ਵੇਚਣ ਦੀ, ਕਿ ਜ਼ਮੀਨਾਂ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਵੇਚਣੀਆਂ। ਉਹ ਜ਼ਮੀਨਾਂ ਨੂੰ, ਜਿਹੜੀ ਜ਼ਮੀਨ, ਜਿਹੜੀ ਧਰਤੀ ਨੂੰ ਅਸੀਂ ਮਾਂ ਕਹਿੰਦੇ ਹਾਂ। ਯਾਦ ਰੱਖਿਓ, ਆਉਣ ਵਾਲੇ 5-7 ਸਾਲਾਂ ਦੇ ਵਿੱਚ ਅਸੀਂ ਆਪਣੀਆਂ ਜੇ ਨਾ ਜ਼ਮੀਨਾਂ ਵੇਚੀਆਂ ਤਾਂ ਸਾਡੀਆਂ, ਸਾਡੇ ਇਸ ਪੰਜਾਬ ਨੇ, ਇਸ ਹਰਿਆਣੇ ਨੇ ਅਮਰੀਕਾ, ਕੈਨੇਡਾ ਵਰਗੇ ਮੁਲਕਾਂ ਨੂੰ ਪਿੱਛੇ ਛੱਡ ਦੇਣਾ। ਯਾਦ ਰੱਖਿਓ ਇਹ ਗੱਲ, ਕਿਉਂਕਿ ਆਪਾਂ ਦੇਖਿਆ ਕਰੋਨੇ ਵਰਗੀ ਮਹਾਮਾਰੀ ਦੇ ਵਿੱਚ ਦੁਨੀਆ ਦਾ ਸਾਰੇ ਕਾਰੋਬਾਰ, ਸਾਰੇ ਕਿੱਤੇ, ਹਰ ਇੱਕ ਬੰਦਾ ਚਾਹੇ ਨੌਕਰੀ ਪੇਸ਼ੇ ਵਾਲਾ, ਉਹ ਸਾਰਾ ਤਬਾਹ ਹੋ ਗਿਆ ਸੀ, ਬੰਦ ਹੋ ਗਿਆ ਸੀ, ਕਾਰੋਬਾਰ ਠੱਪ ਹੋ ਗਏ ਸੀ। ਜੇ ਚੱਲੀ ਹੈ ਤਾਂ ਚੱਲੀਆਂ ਜ਼ਮੀਨਾਂ ਤੋਂ, ਚੱਲੀਆਂ ਫਸਲਾਂ ਦੀ ਗੱਲ ਚੱਲੀ ਆ ਭਰਾ। ਇਹ ਗੱਲ ਦਾ ਖਾਸ ਖਿਆਲ ਰੱਖਣਾ ਕਿ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਆਪਣੀ ਜ਼ਮੀਨ ਇੰਚ ਵੀ, ਜਦੋਂ ਸੜਕਾਂ ਹਾਈਵੇ ਨਿਕਲ ਰਹੇ ਆ ਤਾਂ ਵਿਰੋਧ ਕਰੋ, ਡਟ ਕੇ ਵਿਰੋਧ ਕਰੋ, ਪਿੰਡਾਂ ਦੇ ਵਿੱਚ ਕਮੇਟੀਆਂ ਬਣਾਓ ਜਿੰਨਾ ਜਿੰਨਾ ਪਿੰਡਾਂ ਦੇ ਵਿੱਚ ਜਿਹੜੀਆਂ ਹਾਈਵੇ ਨਿਕਲਦੇ ਨੇ। ਸੋ ਤੀਜੀ ਗੱਲ ਮੈਂ ਅਖੀਰ ਦੇ ਉੱਤੇ ਇਹ ਤੁਹਾਨੂੰ ਕਹਿਣਾ ਚਾਹੁੰਦਾ ਕਿ ਆਹ ਭਰਾਵੋ, ਜਿਹੜਾ ਹੁਣ ਆਪਾਂ ਦੇਖਿਆ ਕਿ 50-52 ਜਿਹੜੀਆਂ ਮੌਤਾਂ ਆਪਣੀਆਂ ਹੋਈਆਂ ਨੇ ਇੱਥੇ, ਤੇ ਰਾਤ ਨੂੰ ਮੁੰਡੇ ਡਿੱਕ ਲਾ ਕੇ ਨੱਚਦੇ ਨੇ, ਭੰਗੜਾ ਪਾਉਂਦੇ ਨੇ, ਗੱਲਾਂ ਠੀਕ ਨਹੀਂ ਹੈਗੀਆਂ। ਨੌਜਵਾਨ ਮੁੰਡਿਆਂ ਦੀਆਂ ਮੌਤਾਂ ਹੋਈਆਂ, ਕੱਲ੍ਹ ਅਸੀਂ ਫੱਤਾ ਮੰਨ ਲਓ ਕਿ ਪਿੰਡ ਬੈਠ ਕੇ ਆਏ ਹਾਂ, 20-22 ਸਾਲ ਦਾ ਨੌਜਵਾਨ ਜਿਹਦੇ 2 ਮਹੀਨੇ ਹੋਏ ਸੀ ਵਿਆਹ ਨੂੰ, ਉਹਦਾ ਘਰ ਉੱਜੜ ਗਿਆ।
असीं इत्थे यार खुशी दा कोई मेला दा मनाउण नहीं आए। असीं इक इत्थे बहुत मैनूं लगदा कि ठीक है चढ़दी कलास दा रहना ही है, कला नहीं आपां ढेंदी दी गल करनी, पर जदों रात नूं बजुर्गां कोले जांदे आ ट्रालियां च उह कहिंदे आ 2 बजे डिक लग्गिया हुंदा, रौला पैंदा, खलूद पैंदा, अख खुल जांदी है। यार बुजुर्ग बंदे हुंदे आ मसां नींद आउंदी आ ट्रालियां च बैठिआं नूं, ते आपां जाए कोले डिक वजा दिंदे आ, तां मेरा भी इस गल तों ग्रेस करो। जिहड़े नाल दे आपणे साथी आ उहनां नूं वी कहा करो, जिहड़े ट्रैक्टर वाले आ नाल दे कोई बंदे रौला पाउंदे आ डिक लाउंदे आ, रोकिआ करो जिहड़ा इहो जिहा काम आपां ना करीए। अगली गल मैं फिर करनी चाहुंदा, ਪੰਜਾਬ ਦੇ ਵਿੱਚ ਜਿਹੜੇ ਜੀਓ ਦੇ ਟਾਵਰ ਨੇ, ਆਪਣੇ ਰਿਲਾਇੰਸ ਦੇ ਟਾਵਰ ਨੇ, ਉਹਨਾਂ ਨੂੰ ਆਪਾਂ ਉਹਨਾਂ ਦੀ ਭੰਨ ਤੋੜ ਵੀ ਕਈ ਥਾਈਂ ਕੀਤੀ ਗਈ, ਉਹਨਾਂ ਦੇ ਜਨਰੇਟਰਾਂ ਨੂੰ ਟਰੈਕਟਰਾਂ ਮਗਰ ਪਾ ਕੇ ਖਿੱਚ ਕੇ ਗੁਰਦੁਆਰਾ ਸਾਹਿਬ ਲੈ ਕੇ ਗਏ, ਉਹ ਠੀਕ ਨਹੀਂ ਹੈਗਾ। ਉਹ ਕਿਉਂ ਨਹੀਂ ਠੀਕ? ਉਹਨਾਂ ਕੋਲੇ ਬੀਮਾ ਹੁੰਦਾ, ਕੋਈ ਫਰਕ ਨਹੀਂ ਪੈਣਾ। ਉਹਨਾਂ ਨੇ ਉਹਨਾਂ ਦਾ ਮੁੱਲ ਕਾਹ ਤੋਂ? ਸਰਕਾਰਾਂ ਤੋਂ ਲੈਣਾ ਹੈ। ਸਰਕਾਰਾਂ ਨੇ ਕਿਹਤੋਂ ਕੱਢਣਾ? ਆਪਣੀਆਂ ਜੇਬਾਂ ਚੋਂ ਕੱਢਣਾ। ਕੋਸ਼ਿਸ਼ ਕਰੋ ਅਸੀਂ ਜਿਹੜੇ ਸਿੰਮ ਹੈਗੇ ਨੇ ਉਹਨਾਂ ਨੂੰ ਅਸੀਂ ਬਦਲਾ ਕੇ ਆਰਥਿਕ ਤੌਰ ਤੇ ਸੱਟ ਮਾਰ ਕੇ, ਜੇ ਅਸੀਂ ਇਹ ਬਿਨਾਂ ਗੱਲ ਤੋਂ ਉੱਥੇ ਉਦੋਂ ਮੁਕੱਦਮੇ ਦਰਜ ਕਰਾ ਕੇ ਬੈਠ ਗਏ ਤਾਂ ਉਸ ਗੱਲ ਦਾ ਫਾਇਦਾ ਨਹੀਂ ਹੋਣਾ। ਉਹ ਕੰਮ ਕਰੋ ਜਿਹਨਾਂ ਸੱਟ ਜ਼ਿਆਦਾ ਲੱਗੇ ਪਰ ਪਤਾ ਵੀ ਨਾ ਲੱਗੇ। ਪਰ ਕਈ ਵਾਰੀ ਅਸੀਂ ਜੋਸ਼ ਦੇ ਵਿੱਚ ਆ ਕੇ ਹੋਸ਼ ਕਮਾ ਦਿੰਦੇ ਹਾਂ, ਵਾਰ ਵਾਰ ਸਟੇਜਾਂ ਤੋਂ ਵੀ ਇਹੀ ਗੱਲ ਹੋਈ ਹੈ। ਸੋ ਮੇਰਾ ਵੀ ਇਹਨਾਂ 2-4 ਗੱਲਾਂ ਦਾ ਤੁਸੀਂ ਧਿਆਨ ਰੱਖਿਓ। ਧੰਨਵਾਦ ਸਾਰਿਆਂ ਦਾ। ਹੁਣ ਆਪਾਂ 2 ਜਕਾਰੇ ਤੋਂ 2 ਨਾਰੇ ਬੁਲਾਵਾਂਗੇ, ਵਾਹਨ ਦਾ ਆਵਾਜ਼ ਦੇ ਵਿੱਚ ਜਵਾਬ ਦੇਣਾ, ਚੜ੍ਹਦੀ ਕਲਾ 'ਚ ਰਹਿਣਾ, ਜਿੱਤ ਯਕੀਨੀ ਆ। ਤੁਹਾਨੂੰ ਮੈਂ ਗੱਲ ਦੱਸ ਦਿੰਦਾ, ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ, ਬਹੁਤ ਮੁੰਡੇ ਨੌਜਵਾਨ ਬਜ਼ੁਰਗ ਪੁੱਛਦੇ ਨੇ ਕਿ ਕੀ ਬਣੂ ਕੀ ਬਣੂ, ਕੋਈ ਅੱਗੇ ਪ੍ਰੋਗਰਾਮ ਕਿਉਂ ਨਹੀਂ ਆਪਾਂ ਦੇ ਰਹੇ? ਦੇਖੋ ਭਰਾਵੋ, ਪਗੜੀ ਸੰਭਾਲ ਜੱਟਾ ਜੋ ਲਹਿਰ ਚੱਲੀ ਹੈ ਨਾ, ਕਹਿੰਦੇ 9 ਮਹੀਨੇ ਲੰਬੀ ਚੱਲੀ ਸੀ, ਤੇ ਉਦੋਂ ਦਾ ਲੋਕਾਂ ਕੋਲ ਇੰਨੇ ਸਾਧਨ ਵੀ ਨਹੀਂ ਸੀ, ਲੋਕਾਂ ਕੋਲ ਨਾ ਕੋਈ ਮਸ਼ੀਨਰੀ ਸੀ, ਨਾ ਕੋਈ ਇੰਨੇ ਨੈਟਵਰਕ ਦੇ ਸਾਧਨ ਸੀਗੇ ਜਿਹਦੇ ਨਾਲ ਲੋਕਾਂ ਨੂੰ ਜੋੜਿਆ ਜਾ ਸਕਦਾ, ਸੁਨੇਹਾ ਦਿੱਤਾ ਜਾ ਸਕਦਾ। ਪਰ 9 ਮਹੀਨੇ ਲੋਕਾਂ ਨੇ ਲੰਬਾ ਚੱਲ ਕੇ ਜਿਹੜੀ ਹਕੂਮਤ ਸੀਗੀ ਅੰਗਰੇਜ਼ਾਂ ਦੀ ਉਹਨੂੰ ਗੋਡੇ ਭਾਰ ਕਰ ਲਿਆ ਸੀ। ਆਪਾਂ ਏਦਾਂ ਛੇਤੀ ਨਾ ਵੀ ਆਪਾਂ ਕਹਿ ਕਰਕੇ ਵੀ ਯਾਰ ਕੀ ਕਰੂ ਭਾਈ, ਹੁਣ ਬਹੁਤ ਸਮਾਂ ਹੋ ਗਿਆ, ਮਹੀਨਾ ਹੀ ਹੋਇਆ ਨਾ। ਮਹੀਨੇ ਦੇ ਵਿੱਚ ਤੁਹਾਡਾ ਅੰਦੋਲਨ ਅੱਜ ਦੁਨੀਆਂ ਭਰ 'ਚ ਪਹੁੰਚ ਗਿਆ। ਦੁਨੀਆਂ ਦੇ ਵੱਡੇ ਵੱਡੇ ਬੰਦੇ, ਚਾਹੇ ਉਹ ਵਿਗਿਆਨੀ ਹੋਣ, ਚਾਹੇ ਉਹ ਕੋਈ ਵਿਦਵਾਨ ਹੋਣ, ਚਾਹੇ ਉਹ ਸਿਆਸਤਦਾਨ ਹੋਣ, ਦੁਨੀਆਂ ਦੇ ਵੱਡੇ ਵੱਡੇ ਬੰਦੇ ਤੁਹਾਡੇ ਅੰਦੋਲਨ ਦੇ ਹੱਕ 'ਚ ਆ ਕੇ ਬੋਲਣ ਲੱਗ ਗਏ ਹੈ। ਇਹ ਬਹੁਤ ਵੱਡੀ ਪ੍ਰਾਪਤੀ ਹੈ। ਅਸੀਂ ਇਕੱਠੇ ਹੋ ਗਏ ਹਾਂ, ਸਾਡੇ ਸਿਰ ਜੁੜ ਗਏ ਨੇ, ਸਾਨੂੰ ਇੱਕ ਬਹੁਤ ਵਧੀਆ ਮੌਕਾ ਮਿਲਿਆ ਹੋਇਆ, ਇੱਕ ਸਬੱਬ ਬਣਿਆ ਹੋਇਆ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਤੇ ਹੋਰ ਸੂਬੇ ਦੇ ਲੋਕਾਂ ਨੂੰ। ਪਰ ਇੰਨੀ ਬੇਨਤੀ ਮੈਂ ਸਟੇਜ ਤੋਂ ਜ਼ਰੂਰ ਕਹੂੰਗਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀਆਂ ਨੇ ਵੀ ਧਿਆਨ 'ਚ ਲਿਆਂਦਾ ਹੈ, ਸੁਝਾਅ ਦਿੱਤਾ ਹੈ ਕਿ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਜ਼ਰੂਰ ਦਿੱਤਾ ਜਾਵੇ, ਕਿਉਂਕਿ ਵੱਡੀ ਮੰਗ ਜਿਹੜੀ ਇਹ ਹੈਗੀ ਆ ਆ ਰਹੀ ਹੈ ਮਗਰੋਂ ਲੋਕਾਂ ਦੇ ਵਿੱਚੋਂ, ਸੰਗਤ ਦੇ ਵਿੱਚੋਂ, ਨੌਜਵਾਨਾਂ ਦੇ ਵਿੱਚੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਲੀਕ ਕੇ ਦਿੱਤਾ ਜਾਵੇ। ਕਈ ਵਾਰੀ ਨਾ ਫਰੋਤ ਹੀ ਆ ਜਾਂਦੀ ਹੈ ਜਦੋਂ, ਤੇ ਨਰਾਸਤਾ ਫੈਲਣੀ ਸ਼ੁਰੂ ਹੋ ਜਾਂਦੀ ਹੈ। ਨਰਾਸਤਾ ਆਪਾਂ ਲੈ ਕੇ ਨਹੀਂ ਆਉਣੀ, ਫਰੋਤ ਵੀ ਟੁੱਟਣੀ ਚਾਹੀਦੀ ਹੈ। ਅਸੀਂ ਫਤਿਹਗੜ੍ਹ ਸਾਹਿਬ ਜਾ ਕੇ ਆਏ ਹਾਂ, ਨਤਮਸਤਕ ਵੀ ਹੋ ਕੇ ਆਏ ਹਾਂ, ਲੋਕਾਂ ਨੂੰ ਅਪੀਲ ਵੀ ਕਰਕੇ ਆਏ ਹਾਂ ਕਿ ਯਾਰ ਵੱਧ ਤੋਂ ਵੱਧ ਉੱਥੇ ਪਹੁੰਚੋ। ਪਰ ਖੁਸ਼ੀ ਦੀ ਗੱਲ ਉੱਥੇ ਇਹ ਦੇਖਣ ਨੂੰ ਮਿਲੀ ਕਿ ਹਰ ਨੌਜਵਾਨ, ਹਰ ਬਜ਼ੁਰਗ, ਹਰ ਮਾਤਾ, ਹਰ ਭੈਣ, ਹਰ ਬੱਚੇ ਦੀ ਜਵਾਨ ਦੇ ਉੱਤੇ ਇੱਕੋ ਹੀ ਆਵਾਜ਼ ਹੈ, ਇੱਕੋ ਹੀ ਨਾਰਾ ਹੈ, ਉਹ ਹੈ ਦਿੱਲੀ ਚਲੋ, ਦਿੱਲੀ ਚਲੋ, ਦਿੱਲੀ ਨੂੰ ਹਰਾ ਕੇ ਆਉਣਾ, ਦਿੱਲੀ ਨੂੰ ਹਰਾ ਕੇ ਆਉਣਾ। ਇਹ ਬਹੁਤ ਵਧੀਆ ਗੱਲ ਹੋ ਰਹੀ ਹੈ। ਤੇ ਇੱਥੋਂ ਮੈਂ ਵਾਰ ਵਾਰ ਹੀ ਕਹਿਣਾ ਹੁੰਦਾ ਕਿ ਕਦੇ ਵੀ ਮਨ ਦੇ ਵਿੱਚ ਇਹ ਗੱਲ ਨਾ ਲੈ ਕੇ ਆਇਓ ਕਿ ਯਾਰ ਲੰਬਾ ਜਾਈ ਜਾਂਦਾ, ਲੰਬਾ ਜਾਈ ਜਾਂਦਾ, ਇੱਥੇ ਦਾ ਕੁਛ ਬਣਨਾ ਨਹੀਂ। ਭੁੱਲ ਜਾਓ, ਕੋਈ ਗੱਲ ਨਹੀਂ, ਹਿੱਲੀ ਹੋਈ ਆ ਸਰਕਾਰ ਅੰਦਰੋਂ, ਉਹ ਵੀ ਆਪਣਾ ਸਬਰ ਪਰਖ ਰਹੇ ਨੇ, ਆਪਣਾ ਇਮਤਿਹਾਨ ਲੈ ਰਹੇ ਨੇ। ਆਪਾਂ ਸਬਰ ਬਣਾਈ ਰੱਖਣਾ, ਇਸ ਇਮਤਿਹਾਨ ਦੇ ਵਿੱਚੋਂ ਆਪਾਂ ਪਾਸ ਹੋ ਕੇ ਨਿਕਲਣਾ। ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ, ਮੇਰਾ ਵੀ ਕਬੂਲ ਕਰਿਓ। ਬਾਕੀ ਕੱਲ੍ਹ ਨੂੰ ਮੀਟਿੰਗ ਹੈਗੀ ਜਥੇਬੰਦੀਆਂ ਦੀ, ਤੁਹਾਨੂੰ ਪਤਾ ਹੀ ਲੱਗ ਜਾਣਾ। ਇੱਕ ਮੈਂ ਹੋਰ ਅਪੀਲ ਕਰਦਾ, ਪਹਿਲਾਂ ਵੀ ਤੁਹਾਨੂੰ ਕੀਤੀ ਸੀ ਜਥੇਬੰਦੀਆਂ ਵਾਲਿਓ, ਮੈਂ ਤੁਹਾਨੂੰ ਮੀਟਿੰਗ ਦੇ ਵਿੱਚ ਅੱਜ ਤੋਂ 12 ਦਿਨ ਪਹਿਲਾਂ ਵੀ ਅਪੀਲ ਰੱਖੀ ਸੀ ਵੀ ਤੁਹਾਡੇ ਤੱਕ ਘੱਟੋ ਘੱਟ ਨਹੀਂ ਸਕਰੀਨਾਂ ਲਵਾ ਸਕਦੇ, ਮੈਕ ਸਪੀਕਰ ਜ਼ਰੂਰ ਲਵਾ ਦਿਓ, ਤਾਂ ਕਿ ਗੱਲਬਾਤ ਹੈ ਜਿਹੜੀ ਅਖੀਰ ਤੱਕ ਰਸੋਈ ਢਾਬੇ ਤੱਕ ਤੋਂ ਪਿੱਛੇ ਤੱਕ ਆਪਣੀ ਜਨਤਾ ਖੜੀ ਹੈ, ਉੱਥੋਂ ਤੱਕ ਜਿਹੜੀ ਆਪਣੀ ਆਵਾਜ਼ ਪਹੁੰਚੇ। ਇਹ ਜ਼ਰੂਰ ਗੱਲਾਂ ਦਾ ਅਮਲ ਕਰਿਆ ਕਰੋ, ਉਹਨੂੰ ਫੌਰੀ ਲਾਗੂ ਕਰਦਾ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।